बनानी। अउज़ुबिल्लाहि मिनश्शैतानिर्रजीम, बिस्मिल्लाहिर्रहमानिर्रहीम। अस्सलाम वालेकुम दोस्तों, उम्मीद करता हूँ कि सब दोस्त खैर वाफियत से होंगे। मैं हूँ आपका दोस्त अली बहादुर और आप देख रहे हैं मेरा यूट्यूब चैनल अली बहादुर गॉड फार्म। तो जैसा कि आप दोस्तों को मालूम है कि आपके लिए रोज़ाना की एक नई और ज़बरदस्त किस्म की वीडियो लेकर हाजिर होते हैं, तो आज माशाल्लाह काफ़ी दिनों बाद वाजिद भाई अपने घर का शौक दोस्तों को करवा रहे हैं। जी शौक करेंगे इंशाल्लाह, दिल खुश होगा जी। माशाल्लाह वाजिद भाई अपने घर का शौक करवाएंगे तो रानी के बाद जो दूसरे नंबर पे बकरी है 43 साइड में वो वाजिद भाई के पास खड़ी है। माशाल्लाह ये भी नागरा डब्बा है लेकिन ये चौरस बकरी है, चौरस बकरी यानी कि किसी तरफ से कमी बेशी इस बकरी में नहीं है। तो बाकी पूरी डिटेल इंशाल्लाह वाजिद भाई से लेंगे। अस्सलाम वालेकुम। वालेकुम अस्सलाम वाजिद भाई, तबीयत सेहत ठीक है? माशाल्लाह आज फिर शौक करवा रहे हो दोस्तों। अच्छा एक गल तुसी ये दसनी है कि खाली शौक करवाना है या सेल भी कर दे देने? सेल भी कर लांगे भाई जान, कोई शौक नाल मंगेगा तो इंशाल्लाह, तो बाकी फोन ते कोई रेट नहीं होएगा। अच्छा यानी कि वीडियो दे विच, वीडियो दे विच रेट नहीं होएगा? वीडियो दे विच रेट रूट है हो जे जानवर दा ना कभी कीता ते ना होना है, कॉल ते कर लांगे ते बाकी मजीद जेड़ा भाई शौक रखदा है मौके ते आके जानवर नु चेक करे। अपनी बकरी 43 हाइट है। कन्फर्म? हां जी 43 हाइट है, कन्फर्म बकरी। यानी कि ਤੁਹਾਡਾ ਖੁੱਲਾ ਚੈਲੰਜ ਹੈ ਕਿ ਮੈਂ ਆਨਲਾਈਨ ਨਹੀਂ ਸੇਲ ਕਰਨੀ, ਉੱਤੇ ਆ ਕੇ ਜਾਨਵਰ ਲਵੇ? ਤਾਂ ਕਿ ਯਾਨੀ ਕਿ ਵੀਡੀਓ 'ਚ ਜਾਨਵਰ ਨਹੀਂ ਸਹੀ ਦਿਸ ਰਿਹਾ, ਉੱਤੇ ਆਵੇਗਾ ਤਾਂ ਮਜ਼ਾ ਜ਼ਿਆਦਾ ਆਵੇਗਾ। ਲੈ ਜੀ ਆਪਣੀ ਬੱਕਰੀ ਨੂੰ ਫੀਤਾ ਮਾਰ ਕੇ ਲਵੇ, ਕੋਈ ਜਿਹੜਾ ਭਾਈ ਸ਼ੌਂਕ ਰੱਖਦਾ ਸ਼ੌਂਕ ਨਾਲ ਲਵੇ, ਫੀਤਾ ਮਾਰ ਕੇ ਲਵੇ ਬੱਕਰੀ। ਵਾਜਿਦ ਭਾਈ ਸਭ ਤੋਂ ਪਹਿਲੇ ਆਪਣਾ ਨੰਬਰ ਬੋਲੋ, ਬੱਕਰੀ ਖੜੀ ਰਹਿਣ ਦਿਓ। 0313 13 69 15 101। 0313 69 15 101। ਬੱਕਰੀ ਕਿੰਨੇ ਸੂਏ ਤੁਹਾਡੇ ਕੋਲ ਸੂਈ ਹੈ? ਇਹ ਦੂਜਾ ਸੂਆ ਸੂਆ ਹੁਣ ਪੇਟ 'ਚ ਹੈ ਜੀ। ਸੋਹਣ ਵਾਲੀ ਬੱਕਰੀ ਜੀ ਭਾਈ, ਬੱਕਰੀ ਦੇ ਦੰਦ ਚੈੱਕ ਕਰਾ, ਲਵੀ ਹੈ ਜੀ, ਬਿਹਤਰੀਨ ਹੋ ਗਿਆ। ਅੱਛਾ ਵਾਜਿਦ ਭਾਈ ਗਰੰਟਡ ਦੁੱਧ ਕਿੰਨਾ ਹੈ? ਵਾਨਾ ਚੈੱਕ ਕਰਨੇ ਆ, ਉਸ ਤੋਂ ਪਹਿਲੇ ਤੁਸੀਂ ਮੈਨੂੰ ਦੱਸੋ ਕਿ ਗਰੰਟਡ ਦੁੱਧ ਕਿੰਨਾ ਬੱਕਰੀ ਕੋਲ? ਸੂਏ ਦੇ ਵਿੱਚ ਬੱਕਰੀ 7 ਕਿਲੋ ਦੁੱਧ ਕਰਦੀ ਹੈ। ਮਾਸ਼ਾਅੱਲਾ ਮਾਸ਼ਾਅੱਲਾ। ਅੱਛਾ ਪਹਿਲੇ ਸੂਏ 7 ਕਿਲੋ ਕਰਦੀ ਰਹੀ, ਤੁਸੀਂ 7 ਕਿਲੋ ਕੱਢਿਆ? ਹਾਂਜੀ। ਇਸ ਟਾਈਮ ਇਹਦਾ ਵਾਨਾ ਚੈੱਕ ਕਰੋ, ਨਾਲੇ ਦੱਸੋ ਕਿ ਕਿੰਨਾ ਟਾਈਮ ਲੈਂਦੀ ਸੂਣ ਨੂੰ? ਬੱਕਰੀ ਤਕਰੀਬਨ ਮਹੀਨਾ ਲੈ ਜਾਣਾ। 1 ਮਹੀਨਾ ਬਾਕੀ ਹੈ, ਜ਼ਬਰਦਸਤ ਹੋ ਗਿਆ। ਇਹਦਾ ਵਾਨਾ ਚੈੱਕ ਕਰਾ। ਮਾਸ਼ਾਅੱਲਾ ਜੀ, ਅਬ ਇਸਕਾ ਵਾਨਾ ਮੈਂ ਦੋਸਤੋ ਕੋ ਚੈੱਕ ਕਰਵਾਤਾ ਹੂੰ, ਜੋ ਯਾਨੀ ਕਿ ਸਮਝਣੇ ਵਾਲੇ ਬੰਦੇ ਹੈ ਨਾ, ਜੋ ਬਾਰੀਕ ਬੰਦੇ ਹੈ, ਉਨਕੋ ਪਤਾ ਚੱਲ ਜਾਏਗਾ ਵੀ ਇੱਕ ਮਾਂ ਲੈਤੀ ਹੈ ਸੋਨੇ ਮੇਂ। ਠੀਕ ਹੈ ਅਲੀ ਭਾਈ, ਇੱਧਰ ਵੇਖੋ ਨਾ, ਬਿਹਤਰੀਨ ਹੋ ਗਿਆ ਵਾਜਿਦ ਭਾਈ, ਮਜ਼ਾ ਆ ਗਿਆ। ਸੋਹਣੀ ਬੱਕਰੀ ਹੈ, ਵਾਨਾ ਵੀ ਬਿਹਤਰੀਨ ਹੈ, ਸੋਹਣਾ, ਕੱਦ ਵੀ ਚੰਗਾ, ਕਲਰ ਵੀ ਨਾਗਰਾ ਡੱਬਾ, ਬਾਕੀ ਜਿਸਾਮਤ ਮਾਸ਼ਾਅੱਲਾ ਮਾਸ਼ਾਅੱਲਾ। ਪੇਟ ਤੋਂ ਤਾਂ ਲੱਗਦਾ 3, ਬਾਕੀ ਅੱਲਾ ਦਾ ਕੰਮ ਹੈ। ਪਿਛਲੇ ਸੂਏ ਕਿੰਨੇ ਵਾਜਿਦ ਭਾਈ ਬੱਚੇ ਦਿੱਤੇ? 2 ਮਾਦੀਆਂ। ਪਿਛਲੇ ਸੂਏ 2 ਮਾਦੀਆਂ ਦਿੱਤੀਆਂ ਨੇ, ਦੋਨੋਂ ਮਾਦੀਆਂ ਸੇਲ ਕਰ ਦਿੱਤੀਆਂ? ਇਹ ਨਹੀਂ ਸੇਲ ਕੀਤੀ, ਇਸ ਦਫ਼ਾ ਸੇਲ ਕਰਨ ਦਾ ਮੂਡ ਹੈ। ਅੱਛਾ ਲੈ ਜੀ, ਇਸ ਦਫ਼ਾ ਜੋ ਹੈ ਨਾ ਐਗਰੀ ਹੈ, ਅਗਰ ਕੋਈ ਭਾਈ ਸ਼ੌਕ ਸੇ ਲੇ 43 ਸਾਈਟ ਮੇਂ 5-6 ਲੀਟਰ ਦੂਧ ਦੇਣੇ ਵਾਲੀ ਬੱਕਰੀ, 7 ਲੀਟਰ ਕਨਫਰਮ, ਗਰੰਟੀ ਸ਼ੁਦਾ। ਲੈ ਜੀ ਇਹ ਹੋਈ ਨਾ ਬਾਤ, ਔਰ ਇਹ ਇਨਕਾ ਚੈਲੰਜ ਹੈ ਕਿ ਉੱਪਰ ਆਏ, ਇਸਕੇ ਬਾਅਦ ਜੋ ਮੈਂ ਆਪਕੋ ਬੱਕਰੀ ਦਿਖਾਨੇ ਵਾਲਾ ਹੂੰ, ਇਨਸ਼ਾਅੱਲਾ ਇਸਸੇ ਵੀ ਬੜ ਕੇ ਇਸਸੇ ਵੀ ਸਟੈਂਡਰ ਕੀ ਬੱਕਰੀ ਹੈ। ਜੋ ਇਸਕੇ ਬਾਅਦ ਦੂਸਰੀ ਬੱਕਰੀ ਮੈਂ ਆਪਕੋ ਚੈੱਕ ਕਰਵਾਉਂਗਾ ਨਾ, ਵੋ ਵੀ ਕਮਾਲ ਕੀ ਬੱਕਰੀ ਹੈ ਜੀ। ਠੀਕ ਹੈ, ਕਮਾਲ ਕੀ ਚੀਜ਼ ਹੈ ਮਾਸ਼ਾਅੱਲਾ। ਠੀਕ ਹੋ ਗਿਆ ਵਾਜਿਦ ਭਾਈ, ਦੂਸਰੀ ਬੱਕਰੀ ਚੈੱਕ ਕਰਾਓ, ਇਹਨੂੰ ਜ਼ਰਾ ਚਲਾ ਕੇ ਚੈੱਕ ਕਰਾ ਦਿਓ, ਟੁਰਨ ਦਿਓ ਮਾਸ਼ਾਅੱਲਾ। ਲੈ ਜੀ ਬਿਹਤਰੀਨ ਹੋ ਗਿਆ ਜੀ, ਕਮਾਲ ਹੋ ਗਿਆ ਵਾਜਿਦ ਭਾਈ, ਮਾਸ਼ਾਅੱਲਾ। ਲੈ ਜੀ ਬਲੈਕ ਬਿਊਟੀ ਬਲੈਕ ਪਰੀ ਆਪਕੋ ਚੈੱਕ ਕਰਵਾ ਰਹਾ ਹੂੰ, ਵਾਜਿਦ ਭਾਈ ਕੀ ਦੂਸਰੀ ਬੱਕਰੀ, ਮਾਸ਼ਾਅੱਲਾ। ਮਜ਼ਾ ਨਾ ਆਏ ਤੋ ਪੈਸੇ ਵਾਪਸ, ਵਾਜਿਦ ਭਾਈ ਜ਼ਰਾ ਚਲਾ ਦਿਓ, ਮਾਸ਼ਾਅੱਲਾ। ਦੂਸਰੀ ਸਾਈਡ ਕਮਾਲ ਹੈ ਮਾਸ਼ਾ। ਲੈ ਜੀ ਇਹ ਹੈ ਜੀ ਬਲੈਕ ਪਰੀ, ਬਲੈਕ ਬਿਊਟੀ, ਪਿਓਰ ਸਾਹੀਵਾਲ ਬੀਤਲ ਔਰ ਪੁਰਾਣੀ ਬਲੱਡ ਲਾਈਨ ਵਾਲੀ ਬੱਕਰੀ, ਮਾਸ਼ਾਅੱਲਾ। ਇਸਕਾ ਫੇਸ, ਇਸਕੀ ਗਰਦਨ ਕਮਾਲ ਕੀ ਚੀਜ਼ ਹੈ, ਕਾਨੋ ਕੀ ਲੈਂਥ ਕਮਾਲ ਹੈ, ਮਾਸ਼ਾਅੱਲਾ। ਇਹ ਦੇਖੇ ਜੀ ਜ਼ਬਰਦਸਤ ਹੋ ਗਿਆ। ਲੈ ਜੀ ਇਹ ਇਸਕੀ ਫੇਸ ਬਿਊਟੀ ਹੈ, ਚੈੱਕ ਕਰੇ ਪੁਰਾਣੀ ਬਲੱਡ ਲਾਈਨ ਵਾਲੀ। ਵਾਜਿਦ ਭਾਈ ਸੂਆ ਕਿਤਵਾ ਬੱਕਰੀ ਕੋਲ? ਇਹ ਵੀ ਦੂਜਾ ਹੈ ਜੀ। ਅੱਛਾ ਵਾਜਿਦ ਭਾਈ ਸਵੇਰ ਨੇ ਬੱਚੇ ਛੋੜ ਦਿੱਤੇ ਸੀ, ਦੂਜੀ ਵਾਰੀ ਸੂਈ ਹੈ, ਇਹ ਹੁਣ ਤੀਸਰਾ ਸੂਆ। ਜਿਹੜੀ ਦੂਸਰੀ ਵਾਰੀ ਸੂਈ ਹੈ ਉਹ ਬੱਚਾ
ਉਹ ਮਾਦੀ ਸੀ ਸੇਲ ਕਰ ਦਿੱਤੀ ਉਹ ਵੀ ਸੇਲ ਕਰ ਯਾਰ ਦੋਸਤ ਲੈ ਜਾਂਦੇ ਹੁਣ ਤੈਨੂੰ ਪਤਾ ਇਹੋ ਜੀ ਬਲੱਡ ਲਾਈਨ ਦੇ ਕਮਾਲ ਹੈ ਜ਼ਬਰਦਸਤ ਹੋ ਗਿਆ ਵਾਜਦ ਬਾਈ ਇਹਦੇ ਜਿਹੜੇ ਇਹ ਬੱਕਰੀ ਚੈੱਕ ਕਰਵਾ ਰਹੇ ਹੋ ਇਹਦੇ ਦੁੱਧ ਦੀ ਕੀ ਕਪੈਸਿਟੀ ਹੈ ਕਿੰਨਾ ਕੁ ਦੁੱਧ ਕਰਦੀ ਹੈ ਸਾਢੇ ਚਾਰ ਕਿਲੋ ਐਵਰੇਜ ਸਾਢੇ ਚਾਰ ਲੀਟਰ ਪਹਿਲੇ ਸੋਏ ਕਰਦੀ ਰਹੀ ਹੁਣ ਇਸ ਦਫ਼ਾ ਇਨਸ਼ਾਅੱਲਾ ਵਧੇਗੀ ਵਧੇਗੀ ਅੱਛਾ ਵਾਜਦ ਬਾਈ ਬੱਕਰੀ ਜਿਹੜੀ ਹੈ ਪਹਿਲਣ ਜਿਹੜੀ ਹੋਵੇ ਉਹ ਦੁੱਧ ਜ਼ਿਆਦਾ ਕਰਦੀ ਹੈ ਜਾਂ ਦੂਜਾ ਨਤੀਜਾ ਅਸਲ ਬੱਕਰੀ ਬਣਦੀ ਹੈ ਅੱਛਾ ਇਨਸ਼ਾਅੱਲਾ ਕਿੰਨਾ ਟਾਈਮ ਲੈਂਦੀ ਸੂਣ ਨੂੰ ਇਹ ਮੈਨੂੰ ਦੱਸ ਦਿਓ ਇੱਕ ਮਹੀਨੇ ਤੋਂ ਉੱਪਰ ਦਿਨ ਲੈ ਜਾਏਗੀ ਇਸ ਟਾਈਮ ਚਾਰ ਮਹੀਨੇ ਦੀ ਹੈ ਠੀਕ ਹੋ ਗਿਆ ਇਹਦਾ ਵਾਨਾ ਚੈੱਕ ਕਰਾਓਗੇ ਸਾਨੂੰ ਜ਼ਰੂਰ ਕਰਾਓ ਜੀ ਪਤਾ ਲੱਗ ਜਾਵੇ ਕਿ ਸ਼ੌਕ ਕਰਨਾ ਫਿਰ ਪੂਰਾ ਪੂਰਾ ਕਰਵਾਓ ਲੈ ਜੀ ਮਾਸ਼ਾਅੱਲਾ ਵਾਨੇ ਬਿਲਕੁਲ ਸਾਥ ਜੁੜੇ ਹੋਏ ਟੁੱਟਵਾਂ ਵਾਨਾ ਨਹੀਂ ਹੈ ਬਿਲਕੁਲ ਸਾਥ ਹੈ ਮਾਸ਼ਾਅੱਲਾ ਫਸਵਾਂ ਵਾਨਾ ਜਿਸ ਕੋ ਬੋਲਤੇ ਨਾ ਜੋ ਸ਼ੌਕੀਨ ਹਜ਼ਰਾਤ ਜਿਸ ਵਾਨੇ ਕੋ ਪਸੰਦ ਕਰਤੇ ਹੈ ਉਸ ਕੈਟਾਗਰੀ ਕਾ ਵਾਨਾ ਹੈ ਮਾਸ਼ਾਅੱਲਾ ਤੋ ਵਾਜਿਦ ਬਾਈ ਕਹਿ ਰਹੇ ਕਿ ਇਨਸ਼ਾਅੱਲਾ ਚਾਰ ਸਾਢੇ ਚਾਰ ਲੀਟਰ ਦੁੱਧ ਕਰੇਗੀ ਇਸ ਦਫ਼ਾ ਜ਼ਿਆਦਾ ਹੋਗਾ ਲੈ ਜੀ ਇਸ ਦਫ਼ਾ ਬੱਕਰੀ ਜ਼ਿਆਦਾ ਦੁੱਧ ਥੋੜ੍ਹਾ ਜਿਹਾ ਚਲਾ ਦਿਓ ਅੱਛਾ ਇਹ ਵੀ ਓਪਨ ਆ ਕੇ ਲੈਣ ਫੋਨ ਤੇ ਲੈਣ ਓਪਨ ਆਣ ਲੇਕਿਨ ਕਾਲ ਤੇ ਵੀਡੀਓ ਤੇ ਰੇਟ ਨਹੀਂ ਹੋਏਗਾ ਰੇਟ ਫੋਨ ਤੇ ਕਰ ਲਾਂਗੇ ਰੇਟ ਫੋਨ ਤੇ ਹੈ ਬਿਹਤਰੀਨ ਹੋ ਗਿਆ ਜੀ ਲੈ ਜੀ ਇਸ ਤਰ੍ਹਾਂ ਕਾ ਵਾਕਿਆ ਜੋ ਜਾਨਵਰ ਹੋਤਾ ਹੈ ਉਸਕਾ ਰੇਟ ਯਾਨੀ ਕਿ ਵੀਡੀਓ ਪੇ ਨਹੀਂ ਕੀਆ ਜਾ ਸਕਤਾ ਕਿਉਂਕਿ ਸਮਝਨੇ ਵਾਲੇ ਸਮਝ ਜਾਤੇ ਹੈ ਵਾਜੀ ਭਾਈ ਦੂਸਰੀ ਸਾਈਡ ਕਰੋ ਮਾਸ਼ਾਅੱਲਾ ਮਾਸ਼ਾਅੱਲਾ ਲੰਬਾਈ ਚੈੱਕ ਕਰੇ ਮਾਸ਼ਾਅੱਲਾ ਬਿਹਤਰੀਨ ਹੋ ਗਿਆ ਵਾਜਦ ਬਾਈ ਅਗਲਾ ਜਾਨਵਰ ਲੈ ਕੇ ਆਓ ਬਿਹਤਰੀਨ ਖੂਬਸੂਰਤ ਹੈ ਜੀ ਅੱਲਾ ਤੁਹਾਡੇ ਨਸੀਬਾਂ 'ਚ ਕਰੇ ਬਿਹਤਰੀਨ ਸ਼ੌਕ ਹੈ ਮਾਸ਼ਾਅੱਲਾ ਚੱਲਣ ਦਿਓ ਵਾਜਦ ਬਾਈ ਚੱਲਣ ਦਿਓ ਮਾਸ਼ਾਅੱਲਾ ਉਮਰ ਕੀ ਹੈ ਬੱਕਰੇ ਦੀ ਦੋ ਦਾਂਦ ਕਮਾਲ ਹੈ ਜੀ ਵਾਕਿਆ ਦੋ ਦਾਂਦ ਇਤਨੀ ਹਾਈਟ ਮੈਂ ਵਾਜਦ ਬਾਈ ਕੀ ਹਾਈਟ ਹੈ ਬੱਕਰੇ ਦੀ ਸਾਢੇ ਬਿਤਾਲੀ ਕਨਫਰਮ ਹੈ ਕਨਫਰਮ ਮਾਸ਼ਾਅੱਲਾ ਬੱਕਰੇ ਕੇ ਪੁਆਇੰਟ ਆਪਕੋ ਚੈੱਕ ਕਰਵਾਤਾ ਹੂੰ ਬਾਕੀ ਦੋ ਦਾਂਤ ਕੀ ਜੋ ਆਪਕੋ ਡਾਊਟ ਹੈ ਵੋ ਵੀ ਮੈਂ ਕਲੀਅਰ ਕਰਤਾ ਹੂੰ ਠੀਕ ਹੈ ਇਨਸ਼ਾਅੱਲਾ ਦੋ ਦਾਂਤ ਬੱਕਰਾ ਸਾਢੇ ਬਿਤਾਲੀ ਹਾਈਟ ਮੈਂ ਇਸ ਹਾਈਟ ਮੈਂ ਛੇ ਦਾਂਤ ਜਾਂ ਆਠ ਦਾਂਤ ਹੋਤੇ ਹੈ ਪਹਿਲੇ ਆਪ ਪੁਆਇੰਟ ਚੈੱਕ ਕਰੇ ਬੱਕਰੇ ਕੇ ਮਾਸ਼ਾਅੱਲਾ ਸਿੰਘੋ ਪੇ ਆ ਜਾਏ ਸਿੰਘ ਚੈੱਕ ਕਰੇ ਹੈ ਜਾਂ ਨਹੀਂ ਪੁਰਾਣੀ ਬਲੱਡ ਲਾਈਨ ਫੇਸ ਚੈੱਕ ਕਰੇ ਵਾਈਟ ਆਈਜ਼ ਚੈੱਕ ਕਰੇ ਬਾਕੀ ਦਾਂਤ ਵਾਜਦ ਬਾਈ ਦਾਂਤ ਕਲੀਅਰ ਕਰ ਦਿਓ ਲੈ ਜੀ ਆਪ ਕਰੇ ਕਲੀਅਰ ਇਹ ਵਾਕਿਆ ਹੀ ਦੋ ਦਾਂਤ ਹੈ ਔਰ ਬਿਆਲੀ ਪਲੱਸ ਹੈ ਲੈ ਜੀ ਬਿਆਲੀ ਪਲੱਸ ਹਾਈਟ ਹੈ ਫੀਤਾ ਮਾਰ ਸਕਦੇ ਹੈ ਬਿਲਕੁਲ ਬਿਲਕੁਲ ਆਪਣੀ ਚੀਜ਼ ਦੀ ਹਰ ਇੱਕ ਚੀਜ਼ ਦੀ ਗਰੰਟੀ ਦੇਣੀ ਹੈ ਬਾਦਰ ਭਾਈ ਬਿਹਤਰੀਨ ਹੋ ਗਿਆ ਅੱਛਾ ਇਸ ਬੱਕਰੇ ਦਾ ਰੇਟ ਇਹਦਾ ਵੀ ਰੇਟ ਯਾਰ ਵੀਡੀਓ ਦੇ ਵਿੱਚ ਤੁਹਾਨੂੰ ਹੁਣ ਕੀ ਰੇਟ ਦੱਸੀਏ ਕਾਲ ਤੇ ਹੀ ਕਰੋਗੇ ਮੁਨਾਸਿਬ ਨਹੀਂ ਲੱਗਦਾ 4 ਲੱਖ ਦਾ ਰੇਟ ਹੈ ਜੀ ਪਿਆਰ ਮੁਹੱਬਤ ਕੀਤੀ ਜੱਸੀ ਜਾਂ ਨਹੀਂ ਇਨਸ਼ਾਅੱਲਾ ਕਰਾਂਗੇ ਇਹਦੇ ਜ਼ਰਾ ਕਪੂਰੇ ਚੈੱਕ ਕਰਾਵੇ ਨਾ ਵਾਜਦ ਭਾਈ ਰੱਸੀ ਹਾਂ ਠੀਕ ਹੈ ਇਹ ਬੰਦਾ ਨਾ ਬੱਕਰੀਆਂ ਦੇ ਵਿੱਚ ਬਹੁਤ ਮਸਤੀ ਕਰਦਾ ਮਸਤੀ ਕਰਦਾ ਮਜ਼ੀਦ ਕਿੰਨਾ ਕੱਦ ਕਰੇਗਾ ਵਾਜਦ ਭਾਈ ਇਨਸ਼ਾਅੱਲਾ ਜੇ ਹਿਸਾਬ ਵਿੱਚ ਬੱਕਰਾ ਹੈ ਸੇਵਾ ਅੱਛੀ ਹੋਵੇ ਤੇ 48 ਹਾਈਟ ਕਰਨ ਵਾਲਾ 48 ਕਰੇਗਾ ਇਨਸ਼ਾਅੱਲਾ ਕਨਫਰਮ ਜੀ ਸੇਵਾ ਅੱਛੀ ਹੋਵੇ ਤਾਂ ਮਾਸ਼ਾਅੱਲਾ ਹੋ ਗਿਆ ਜੀ ਬਿਹਤਰੀਨ ਹੋ ਗਿਆ ਵਾਜਦ ਭਾਈ ਇਸ ਤੋਂ ਇਲਾਵਾ ਹੀ ਕੋਈ ਸ਼ੌਕ ਹੈ ਤਾਂ ਸਾਨੂੰ ਕਰਾ ਦਿਓ ਬਾਕੀ ਸੇਲ ਪਰਚੇਜ਼ ਵਾਲੇ ਇੱਕ ਮਿੰਟ ਵਾਜਦ ਭਾਈ ਪਿੱਛੇ ਲਿਆ ਇਸ ਤੋਂ ਇਲਾਵਾ ਕੋਈ ਸੇਲ ਪਰਚੇਜ਼ ਵਾਲੇ ਜਾਨਵਰ ਹੁੰਦੇ ਨਹੀਂ ਉਹ ਤੁਸੀਂ ਵੀਡੀਓ ਉਹਨਾਂ ਦੀ ਮਿਲ ਜਾਸੀ ਨਾ ਕਿਉਂਕਿ ਵੀਡੀਓ ਕਾਫੀ ਲੰਮੀ ਆ ਉਹਨਾਂ ਦੀ ਵੀਡੀਓ ਮਿਲ ਜਾਸੀ ਤੁਹਾਡੇ ਇੱਕ ਦਫ਼ਾ ਦਿਖਾ ਦਿੰਦੇ ਅੱਗੇ ਬਣ ਪਾਠ ਚਲੋ ਪਾਠ ਦਿਖਾ ਦਿਓ ਤਾਂ ਉਸ ਤੋਂ ਬਾਅਦ ਨੰਬਰ ਆਪਣਾ ਦੁਬਾਰਾ ਬੋਲ ਦਿਓ 0313-1915-101 ਓਕੇ ਹੋ ਗਿਆ ਪਾਠ ਦਿਖਾ ਦਿਓ ਗੱਬਣ ਜਿਹੜੀ ਜ਼ਿਕਰ ਕਰ ਰਹੇ ਹੋ ਲੈ ਜੀ ਇਹ ਮਾਦੀ ਚੈੱਕ ਕਰੇ ਵਾਜਦ ਬਾਈ ਕੀ ਕਾਲਾ ਡੱਬਾ ਮੈਂ ਮਾਸ਼ਾਅੱਲਾ ਵਾਜਦ ਬਾਈ ਇਸ ਬੱਕਰੀ ਦਾ ਕੀ ਸੀਨ ਹੈ ਤਕਰੀਬਨ ਅਲੀ ਬਾਦਰ ਬਾਈ ਡੇਢ ਮਹੀਨੇ ਦੀ ਲੱਗੀ ਹੋਈ ਹੈ ਬੱਕਰੀ ਕਰਾਸ ਹੁਣ ਕਰਵਾਈ ਨਹੀਂ ਬੋਲੀ ਹਾਂਜੀ ਅੱਛਾ ਦੁਬਾਰਾ ਨਹੀਂ ਯਾਨੀ ਕਿ ਹੀਟ ਤੇ ਆਈ ਅੱਛਾ ਦੂਸਰਾ ਇਹ ਤੁਸੀਂ ਮੈਨੂੰ ਦੱਸਣਾ ਹੈ ਕਿ ਇਹ ਕਿੰਨੇ ਸੂਏ ਸੂਈ ਹੈ ਪਹਿਲੇ ਜਾਂ ਨਹੀਂ ਬਿਲਕੁਲ ਜਵਾਨ ਹੈ ਆਪਾਂ ਖਰੀਦੀ ਹੈ ਬੱਕਰੀ ਇਹ ਖਰੀਦੀ ਦੋਸਤ ਕੋ ਲਈ ਹੋਈ ਹੈ ਰੱਖੀ ਆਪਣੇ ਸ਼ੌਂਕ ਵਾਸਤੇ ਰੱਖੀ ਹੋਈ ਹੈ ਸੇਲ ਨਹੀਂ ਕਰਨੀ ਸੇਲ ਵੀ ਕਰ ਲਾਂਗੇ ਅਗਰ ਕੋਈ ਸ਼ੌਂਕ ਨਾਲ ਮੰਗੇ ਬਾਕੀ ਜਾਨਵਰ ਦੇ ਪੁਆਇੰਟ ਚੈੱਕ ਕਰਾ ਬਰਾ ਪੁਆਇੰਟ ਮਾਸ਼ਾਅੱਲਾ ਪੂਰੇ ਫੇਸ ਤੇ ਪੁਆਇੰਟ ਪੂਰੇ ਦੰਦ 8 ਹੋ ਗਈ ਹੈ ਹਾਂਜੀ ਇੱਕ ਮਹੀਨੇ ਦੀ ਕਰਾਸ ਹੈ ਜੀ ਮਹੀਨੇ ਤੋਂ ਉੱਤੇ ਹੈ ਬਿਹਤਰੀਨ ਹੋ ਗਿਆ ਵਾਜਦ ਬਾਈ ਇਹਦੇ ਦੁੱਧ ਦੀ ਕੀ ਐਵਰੇਜ ਹੈ ਕਿੰਨਾ ਕਰੇ ਨਹੀਂ ਪਤਾ ਗਲਤ ਬਿਆਨ ਨਹੀਂ ਯਾਨੀ ਕਿ ਇਹਦੇ ਦੁੱਧ ਦੀ ਐਵਰੇਜ ਦਾ ਕੋਈ ਪਤਾ ਨਹੀਂ ਠੀਕ ਹੈ ਇਹਦੇ ਮਾਂ ਪਿਓ ਦਾ ਦੁੱਧ ਮਾਂ ਦਾ ਦੁੱਧ ਦਾ ਕੋਈ ਨਹੀਂ ਪਤਾ ਖਰੀਦੀ ਹੋਈ ਹੈ ਬਲੱਡ ਲਾਈਨ ਦੀ ਸੁਣਾਣੇ ਚਾਹੀ ਅੱਛੀ ਤੇ ਮੈਂ ਖਰੀਦ ਲਈ ਹੈ ਅੱਛਾ ਠੀਕ ਹੋ ਗਿਆ ਸੁਣਾਣੇ ਚਾਹੀ ਕਿ ਅੱਛੀ ਹੈ ਤੇ ਤੁਸੀਂ ਪਰਚੇਜ਼ ਕਰ ਲਈ ਬਲੱਡ ਲਾਈਨ ਅੱਛੀ ਦੀ ਹੈ ਤੇ ਫਿਰ ਲਈ ਹੈ
सेल करन दा भी मूड है, बेहतरीन हो गया, छोड़ दियो जी। माशाल्लाह वाजिद भाई, इस मादी दा की सीन है? ए गब्बन है पाक। उमर? उमर 6 दांत होगी। किन्ने टाइम दी गब्बन है? ए तकरीबन 2 महीने तो उत्ते 2.5 महीने दी पाक। 2 महीने तो यानी कि टाइम ऊपर हो गया। ये गारंटी शुदा पाठ है, खाली नहीं है, गारंटी वाली पाठ है। गारंटी वाली पाठ है, गब्बन पाठ है। जरा दांत चेक कराओ, फेस कट चेक कराओ। फेस कट कमाल है, नजर आ गया, दांत चेक करा दो, 6 दांत वाला। ठीक है, 2.5 महीने दी गारंटी ते एदा रेट की कर रहे हो? रेट इंदा अली बदर भाई 1,80,000 दा। नहीं फाइनल? हां जी फाइनल। 1,70,000 दी कार। फुल फाइनल? 1,60,000 दी हो जाए। फुल फाइनल यार अली बदर भाई, पाठ चंगी, पाठ चंगी है, फाइनल रेट दे, एक ही दे, पूरे 1.5 लाख दी पाठ दे दे। 1.5 लाख दी छोड़ देनु, जरा चलन दे। ले जी, ये थे वाजिद भाई और इनका टोटल शौक और सेल परचेज वाले जानवर। तो उम्मीद करता हूँ कि आपको आज की ये वीडियो, ये जानवर पसंद आए होंगे। वीडियो जानवर पसंद है, लाइक कमेंट शेयर ज़रूर कीजिएगा। अपना अपने मुल्क का ख्याल रखिए। अल्लाह हाफिज़। पाकिस्तान जिंदाबाद।